बिल्ली पिंड आकलिया कलां जिला बठिंडा च आए हाँ। तो मेरे नाल भाई डॉक्टर नरिंदर बराड़ आ, तो डॉक्टर भाई घोड़िया का भी आ, मैसा का भी आ, बाकी आप करते हैं बई नाल गलबात, नाले बई दे सानूं जानवर दिखाने। बहुत बहुत स्वागत है भाई नरिंदर। धन्यवाद भाई जी आया नूं साडे पिंड पहुंचे ते। ठीक है भाई, थोड़ा भी भाई सारे भरावों का बहुत बहुत स्वागत है। तो नरिंदर भाई सर पहले अपना घर का एड्रैस दस दिए, ये बार बार ढाणियां जी अपना भीरे जिला बठिंडा ने, तो जो जैतो रोड ते जाने अपना आकलिया कलां दे कोठे हैगे। ठीक है, नहीं ये मतलब आकलिया कलां पिंड है जिहड़ा गुरुद्वारा साहिब है जिहड़ा फिरनी ते आउंदा, आजो अपन नाले जानवर नहीं चलेगे। ओ गुरुद्वारा साहिब किहड़ा रह गया भाई? ओ अपना संत बाबा नारायण सिंह जी दा। ठीक है भाई, संत बाबा नारायण सिंह जी दा गुरुद्वारा। ठीक है भाई, डॉक्टर भाई घोड़ियां रास्ते नूं किन्ना टाइम हो गया तैनूं? आपां नूं जी घोड़ियां तां शुरू च मेरे फादर साहिब ने रखी हुई सी 2002 च घोड़ी। ठीक है भाई, ठीक है। 2003 च एक्सपायर हो गए सी। ठीक है भाई, ते उदों मैं 7 ਸਾਲਾਂ ਦਾ ਹੁੰਦਾ ਸੀ, ਅਸੀਂ ਘੋੜੀਆਂ ਤੇ ਸਵਾਰੀ ਕਰਦੇ ਰਹਿੰਦੇ ਸੀ ਮੈਂ ਤੇ ਮੇਰਾ ਭਾਈ, ਸਾਨੂੰ ਇੰਟਰਸਟ ਸੀਗਾ। ਤੇ ਉਦੋਂ ਮੈਂ ਬਚਪਨੇ ਚ ਹੁੰਦਾ ਸੀ, ਛੋਟਾ ਹੁੰਦਾ ਸੀ। ਫਿਰ ਮੈਂ 10ਵੀਂ ਕਲਾਸ ਤੋਂ ਬਛੇਰੀ ਲਿਆਇਆ ਸੀ, ਉਦੋਂ ਬਾਅਦ ਰੱਖਣ ਲੱਗ ਗਿਆ ਹੌਲੀ ਹੌਲੀ, ਕੋਈ ਲੈ ਆਉਂਦੀ ਵੇਚਤੀ। ਠੀਕ ਹੈ, ਹੁਣ ਇਹ ਆਪਾਂ 3 ਜਾਨਵਰ ਟਿਕਾ ਕੇ ਰੱਖੇ ਹੋਏ। ਠੀਕ ਹੈ ਭਾਈ, ਹੁਣ ਇਹ 3 ਆਪਦੇ ਪੱਕੇ ਰੱਖੇ ਹੋਏ ਕਰੇ। ਉਦੋਂ ਪਹਿਲਾਂ ਮੰਨ ਕੇ ਚੱਲ 9ਵੀਂ 10ਵੀਂ ਜੇ ਪਹਿਲਾਂ ਜਾਨਵਰ ਲਿਆਉਂਦੇ ਸ਼ੌਂਕ ਲੱਗੇ। ਹਾਂ ਹਾਂ, ਅਸੀਂ ਡੌਗ ਫਾਈਟਿੰਗ ਦੇ ਸ਼ੌਕੀਨ ਸੀਗੇ। ਡੌਗ ਫਾਈਟਿੰਗ ਕਰਾਉਂਦੇ ਹੁੰਦੇ ਸੀ, ਫਿਰ ਘੋੜਿਆਂ 'ਚ ਆ ਕੇ ਡੌਗ ਫਾਈਟਿੰਗ ਅਸੀਂ ਛੱਡ। ਠੀਕ ਆ ਬਾਈ, ਕੁੱਤਿਆਂ ਦੀ ਲੜਾਈ ਛੱਡਤੀ। ਅਤੇ ਜੇ ਬਾਈ ਆ ਜਾ ਗੱਲ ਕਰੀਏ ਘੋੜਿਆਂ ਦੀ, ਆਹ ਘੋੜੀ ਬਾਈ ਕਿਹੜੀ ਲੈਂਦੀ ਆ ਗਈ? ਇਹ ਵੀਰੇ ਵੈਸੇ ਤਾਂ ਨਾਉਣ ਆ ਗਈ। ਠੀਕ ਆ ਬਾਈ, ਤੇ ਇਹਦੀ ਮਦਰ ਰਤਨਾਕਰ ਲਾਈਨ ਤੋਂ ਬਿਲੋਂਗ ਕਰਦੀ ਆ। ਠੀਕ ਆ, ਘੋੜੀ ਦੀ ਮਦਰ? ਹਾਂ, ਬਾਪ ਦਾ ਨਹੀਂ ਪਤਾ। ਹਾਈਟ ਕਿੰਨੀ ਹੈ ਨਿੰਦਰਾ? ਘੋੜੀ ਦਾ ਸਕੇਲ ਵਾਲੀ 12 ਇੰਚ ਹਾਈਟ ਆ। ਠੀਕ ਆ ਬਾਈ, ਸਕੇਲ ਵਾਲੀ 12 ਇੰਚ ਹਾਈਟ ਆ। ਇਸ ਸਮੇਂ ਇਹ ਦੇਵਰਾਜ ਰਣੀਆਂ ਤੋਂ ਗੱਬਣ। ਠੀਕ ਆ ਬਾਈ, ਹੁਣ ਇਹ ਦੇਵਰਾਜ ਤੋਂ ਗੱਬਣ। ਹਾਂ, 50 ਦਿਨਾਂ ਦੀ ਗੱਬਣ ਹੈ ਜੀ। ਠੀਕ ਆ ਬਾਈ, 50 ਦਿਨਾਂ ਦੀ ਗੱਬਣ ਹੋ ਗਈ। ਚੈੱਕ ਪਾਸ ਹੋ ਗਈ? ਹਾਂ, ਚੈੱਕ ਪਾਸ ਪਰ ਆਪ ਹੀ ਕਰਨ ਵਾਲੇ ਹੋ ਬਾਈ, ਹੈ ਨਾ? ਆਪ ਹੀ ਚੈੱਕ ਕਰਨ ਵਾਲੇ ਡਾਕਟਰ। ਤੇ ਬਾਈ ਪਹਿਲਾਂ ਕਿੰਨੇ ਸੂਈ ਸੂਈ ਆ? ਇਹ ਉਹਨਾਂ ਦੇ ਦੱਸਣ ਮੁਤਾਬਕ ਕਰੀ ਸੂਈ ਸੀ। ਠੀਕ ਹੈ, 4 ਦੰਦ ਘੋੜੀ ਹੈ ਜੀ। ਤੇ ਦੂਜੀ ਵਾਰੀ ਆਪਣੇ ਕੋਲ ਸੂਈ ਸੀ? ਦੂਜੀ ਵਾਰੀ ਆਪਣੇ ਹੱਥੀ ਗੱਬਣ ਕਰਵਾਈ ਸੀ ਇਹ ਕ੍ਰੋਸ। ਠੀਕ ਹੈ ਬਾਈ, ਆਪਣੇ ਬਾਈ ਸ਼ੈਰੀ ਕੋਲੇ ਆ, ਢਿੱਲੋਂ ਕੋਲੇ ਬਠਿੰਡਾ, ਅਲਬਖਸ਼ ਗ੍ਰੈਂਡ ਆਪਣਾ ਸਾਇਰ ਦਰੋਨਾ। ਠੀਕ ਹੈ ਬਾਈ, ਇਹ ਬੱਚਾ ਅਲਬਖਸ਼ ਦਾ ਬਾਈ? ਹਾਂਜੀ, ਇਹਦਾ 3 ਦਸੰਬਰ ਦਾ ਜਨਮ। ਬੱਚੇ ਦਾ ਕੰਨ ਕੁੰਨ ਬਈ ਜਮਾ ਬਹੁਤ ਮਹਾਰਾਜ ਦੀ ਅਲਬਖਸ਼ਾ ਹੀ ਆਇਆ ਹਨਾ, ਬਹੁਤ ਸੋਹਣਾ ਜਮਾ ਸਿਰੇ ਹੀ ਲਾਇਆ ਪਿਆ। ਬਾਕੀ ਕੁਛ ਮਤਲਬ ਜੇ ਆਪਾਂ ਸੋਚੀਏ ਵੀ ਪਟਾ ਹੈ ਨਹੀਂ ਗੱਲਾਂ, ਬਾਕੀ ਦਰੋਨੇ ਦੀ ਕਾਪੀ ਆ ਜਮਾ, ਕਿਉਂ ਪੈਰ ਇਹਦੇ ਸਾਰੇ ਬਲੈਕ ਆ ਗਏ, ਦਰੋਨੇ ਦੇ ਵੀ ਬਲੈਕ ਸੀਗੇ, ਪੈਰ ਸਾਰੇ ਕਾਲੇ ਆ ਗਏ ਬਈ, ਗਰਦਨ ਬਹੁਤ ਲੰਬੀ ਆ, ਮਾਰਕਿੰਗ ਬਸ ਕੱਲਾ ਮੱਥੇ ਫੁੱਲ ਮੱਥੇ ਪਟਾ ਛੱਡ ਕੇ ਇਹਦੇ ਮੱਥੇ ਚੰਦ ਹੈਗਾ, ਤੇ ਮੱਥੇ ਪਟਾ ਛੱਡ ਕੇ ਬਾਕੀ ਸਾਰਾ ਦਰੋਨੇ ਦੀ ਕਾਪੀ ਆ, ਸਾਰਾ ਦਰੋਨੇ ਦੀ ਕਾਪੀ ਆ। ਬਾਕੀ ਭਾਈ ਆਏ ਆ, ਮਾਰਕਿੰਗ ਕਲਰ ਦਾ ਕੀ ਆ ਹਨਾ, ਕਲਰ ਤਾਂ ਕੁਦਰਤ ਦੀ ਦੇਣ ਚਾਹੀਦੀ ਹੈ ਜੀ, ਬਰੀਡ ਬੱਚੇ 'ਚ ਮਾਰਕਿੰਗਾਂ ਚੰਗੀਆਂ ਹੋਣੀਆਂ, 'ਚ ਬਈ ਆਪਣਾ ਬੰਤਰਾਂ ਚੰਗੀਆਂ ਹੋਣੀਆਂ ਚਾਹੀਦੀਆਂ ਨੇ ਹਨਾ, ਤੇ ਬਾਕੀ ਕੱਟ ਕੰਡੀਸ਼ਨ ਬਈ ਜਿਵੇਂ ਤਾਂ ਗਰਦਨ ਗੁਰਦਨ ਪੱਕੂ, ਸਭ ਪੱਛੋ ਪੱਕੂ, ਬੱਚਾ ਬਹੁਤ ਸੋਹਣਾ, ਸੁਹਾਪਣਾ ਤੇ ਤੋਰਾ ਵਗੈਰਾ ਬਹੁਤ ਸੋਹਣਾ ਭਾਜਦਾ, ਐਕਟਿਵ ਬਹੁਤ ਹੈ, ਐਕਟਿਵ ਬਹੁਤ ਹੈ। ਤੇ ਉਦੋਂ ਬਾਅਦ ਬਈ ਆਹ ਇਹਨਾਂ ਦਾ ਸੇਲ ਵਾਲਾ ਤਾਂ ਕੋਈ ਹੈ ਨਹੀਂ ਵਿਚਾਰ, ਜੇ ਕੋਈ ਬਾਹਲਾ ਕੋਈ ਚੰਗਾ ਕਸਟਮਰ ਮਤਲਬ ਸ਼ੌਂਕੀ ਆ ਜਾਂ ਕੋਈ ਮਤਲਬ ਕਰ ਸਕਦਾ ਹੋਇਆ ਆਪਣੀ ਡਿਮਾਂਡ ਪੂਰੀ, ਤਾਂ ਆਪਾਂ ਵਿਚਾਰ ਬਣਾ ਸਕਦੇ ਹਾਂ। ਇਸੇ ਕੋਈ ਹੈ ਨਹੀਂ ਇੰਟਰਸਟ। ਠੀਕ ਹੈ, ਉਹ ਕੋਈ ਇੰਟਰਸਟ ਨਹੀਂ ਉਹ ਰੱਖਣ ਦੇ ਹੀ ਉਹ ਆ। ਹਾਂ, ਇਹ ਤਾਂ ਆਪਣੇ ਤੁਹਾਨੂੰ ਦੱਸਿਆ ਵੀ 3 ਜਾਨਵਰ ਟਿਕਾ ਕੇ ਰੱਖੇ ਹੋਏ ਆ, ਵੀ ਜੇ ਕੋਈ ਬਾਹਲੀ ਆਫਰ ਆਪਾਂ ਨੂੰ ਕੋਈ ਮਿਲੂਗਾ ਤਾਂ ਆਪਾਂ ਕੋਈ ਵਿਚਾਰ ਫੇਰ ਵਿਚਾਰ ਬਣ ਸਕਦਾ। ਤੇ ਉਦੋਂ ਬਾਅਦ ਬਈ ਅਨੁਗਰਾ ਬੱਚਾ ਕਿਹੜੇ ਦਾ ਗਿਆ? ਇਹ ਆਪਣੇ ਅਰਜਨ ਰੌਲੀ ਰੌਲੀ ਵਾਲੇ ਦਾ ਗ੍ਰੈਂਡ ਸਾਇਰ ਆ। ਠੀਕ ਆ ਬਈ, ਅਰਜਨ ਰੌਲੀ ਵਾਲੇ ਦਾ ਬੱਚਾ? ਹਾਂ, ਨਹੀਂ ਪੋਤਾ ਹੈ, ਪੋਤਾ ਹੱਥ ਬਈ। ਹਾਂ, ਪੋਤਾ ਇਹਦੀ ਮਾਂ ਬੋਰ ਲਾਈਨ ਤੋਂ ਬਿਲੋਂਗ ਕਰਦੀ ਆ, ਆਪਾਂ ਇਹ ਪਰਚੇਜ਼ ਕੀਤੇ ਸੀਗੇ। ਠੀਕ ਆ ਬਈ, ਤੇ ਇਹ ਉਦੋਂ ਸੀਗਾ 2.5 ਮਹੀਨਿਆਂ ਦਾ, ਇਹਦੀ ਮਾਂ ਸਮੁੰਦਰ ਘੋੜੇ ਤੋਂ ਗੱਬਣ ਸੀ। ਠੀਕ ਆ ਬਈ, ਉਹ ਆਪਾਂ ਅੱਗੇ ਸੇਲ ਕਰਤੀ ਸੀ, ਇਹ ਆਪਾਂ ਇਹ ਰੱਖ ਲਿਆ ਸੀ। ਠੀਕ ਆ ਬਈ, ਇਹ ਆਪਣਾ 17 ਜੁਲਾਈ ਨੂੰ 1 ਸਾਲ ਦਾ ਹੋਣਾ ਹੈ। ਹਲੇ 1 ਸਾਲ ਦਾ ਹੋਇਆ ਨਹੀਂ? ਹੋਇਆ ਨਹੀਂ ਹਜੇ, 10 ਮਹੀਨੇ ਤੇ ਅੱਜ ਮਤਲਬ 5-7 ਦਿਨਾਂ ਦਾ ਹੀ ਆ ਇਹ, 23-24 ਤਰੀਕ ਅੱਜ। ਬੱਚਾ ਬਈ ਬਹੁਤ ਸੁਨੱਖਾ ਹੈ ਨਾ, ਗੁਲਾਬੀਪਨ ਬਹੁਤ ਜਲਦੀ ਆ, ਸਪੋਟ ਵਗੈਰਾ ਕੋਈ ਹੈਗਾ ਬਈ ਮਾੜਾ ਮੋਟਾ? ਸਪੋਟ ਨਲਾਂ ਤੇ ਆ ਮਾੜਾ ਮੋਟਾ ਜੇ ਹੋ ਸਕਿਆ, ਮਾੜਾ ਜਾਂ ਬਰੀਕ, ਕੰਮ ਬਾਹਰ ਤਾਂ ਕਿਤੇ ਦਿਖਦਾ ਨਹੀਂ। ਹਾਂਜੀ ਹਾਂ, ਬਿਲਕੁਲ ਸਪੋਟਲੈਸ ਆ, ਗੁਲਾਬੀ ਚਮੜੀ ਆ।
ਬਾਕੀ ਕੰਨ ਬਾਈ ਬਹੁਤ ਸੋਹਣਾ ਛੋਟਾ ਜਿਹਾ ਹਾਂ ਵੀਰੇ ਇਹਦੀ ਜੇ ਆਪਾਂ ਜਮਾ ਫੱਟੀ ਵਾਲੀ ਸਕੇਲ ਵਾਲੀ ਹਾਈਟ 9 ਇੰਚ ਆ ਹੁਣ 9 ਇੰਚ ਹੋ ਗਿਆ ਪੂਰੀ 9 ਇੰਚ ਆ ਮੇਰਾ 5 ਫੁੱਟ 10 ਇੰਚ ਕੱਦਾ ਤੇ ਮੇਰੇ ਮੋਢੇ ਤੋਂ ਇਹ 1 ਇੰਚ ਉੱਪਰ ਟੱਪਦਾ ਠੀਕ ਆ ਜਦੋਂ ਆਪਾਂ ਮੋਢਾ ਨਾਲ ਲਾ ਕੇ ਖੜਦੇ ਆ ਇਹ ਮੋਢੇ ਤੋਂ ਉੱਪਰ ਟੱਪਦਾ ਹਾਂਜੀ ਤੇ ਉਹਦਾ ਵੀ ਕੋਈ ਬਾਜ਼ਾਰ ਨਹੀਂ ਕਰਾਂ ਵਿੱਚ ਨਹੀਂ ਇਹਦਾ ਤਾਂ ਜਮੀ ਹੈ ਨਹੀਂ ਠੀਕ ਆ ਬਈ ਇਹਨੂੰ ਪਾਲਣਾ ਹੀ ਆ ਕਰੇ ਹਾਂ ਪਾਲਣ ਵੈਸੇ ਤਾਂ ਉਹ ਵੀ ਆਪਾਂ ਪਾਲਣਾ ਹੀ ਆ ਠੀਕ ਆ ਬਈ ਤੇ ਵੀ ਜੇ ਕੋਈ ਕਈ ਵਾਰੀ ਹੋ ਚੱਲ ਵੀ ਤਿੰਨ ਜਾਨਵਰਾਂ ਕੋਈ ਹੋ ਸਕਦਾ ਮਾੜਾ ਮੋਟਾ ਵੈਸੇ ਤਾਂ ਨਹੀਂ ਹੈਗਾ ਮਾਂ ਵੀ ਹਾਂ ਕਈ ਵਾਰੀ ਬਣ ਜਾਂਦਾ ਹੁੰਦਾ ਸੁਭਾਅ ਬਣ ਜਾਂਦਾ ਬਾਅਦ ਚੋਂ ਚੱਲ ਜਿਵੇਂ ਵੀ ਹਨਾ ਤੇ ਜਿਹੜਾ ਇਹਦੇ ਮਗਰ ਬਈ ਆਪਣਾ ਲਵਾਕਸ਼ ਵਾਲਾ ਬੱਚਾ ਉਹ ਕਿੰਨੇ ਟਾਈਮ ਦਾ ਹੋ ਗਿਆ ਉਹਦਾ 3 ਦਸੰਬਰ ਦਾ ਜਨਮ ਹੈ ਜੀ ਠੀਕ ਆ ਬਈ ਤੇ 5 ਮਹੀਨੇ ਤੇ ਕੁਝ ਦਿਨਾਂ ਦਾ ਬਣਿਆ ਉਹ ਦੋਸਤੋ ਬਾਈ ਦਾ ਮਕਸਦ ਸਿਰਫ ਸ਼ੌਂਕੀਆ ਤੌਰ ਤੇ ਵੀਡੀਓ ਬਣਵਾਉਣੇ ਸੀਗਾ ਮਤਲਬ ਕੋਈ ਸੇਲ ਸੂਲ ਵਾਲਾ ਜਾਨਵਰ ਹੈ ਨੀ ਸੀ ਤੇ ਬਸ ਇੱਕ ਸ਼ੌਂਕ ਹੀ ਆ ਹਨਾ ਰੱਖਣ ਦਾ ਸ਼ੌਂਕ ਆਪਾਂ ਨੂੰ ਬਰੀਡਿੰਗ ਦਾ ਵੀ ਚੰਗੇ ਜਾਨਵਰ ਘੋੜੀ ਵੀ ਅਸੀਂ ਮਤਲਬ ਉਦੋਂ ਤਾਂ ਅਸੀਂ ਅਨਨੋਨ ਕਰਕੇ ਹੀ ਲਈ ਸੀਗੀ ਤੇ ਵੀ ਬਸ ਅਸੀਂ ਘੋੜੀ ਦੇਖੀ ਸੀ ਵੀ ਚੰਗੀ ਸਾਨੂੰ ਬਹੁਤ ਸੌਂਬ ਇਹਦਾ ਮਤਲਬ 5.25 ਨੰਬਰ ਖੁਰੀ ਆਉਂਦੀ ਆ 5.25 ਦੀ ਖੁਰੀ ਲੱਗਦੀ ਆ ਘੋੜੀ ਦੇ ਕੁੰਡੀ ਵਾਲਾ ਬਾਕੀ ਬਾਈ ਮਜ਼ਬੂਤੀ ਘੋੜੀ ਚ ਦਿਖਦੀ ਆ ਬਈ ਹਨਾ ਪੈਰਾਂ ਪੱਕੋ ਕੀ ਤੋਂ ਸਭ ਬੱਠ ਘੋੜੇ ਤੋਂ ਕੀ ਹਨਾ ਬਾਕੀ ਘੋੜੀ ਦੀ ਖਾਸੀਅਤ ਹੈ ਜੀ ਇਹ ਜਦੋਂ ਪਿਛਲੀ ਵਾਰੀ ਅਲਵਾਕਸ਼ ਤੋਂ ਗੱਭਣ ਕਰਵਾਈ ਸੀ ਇਹ ਇੱਕ ਹੀ ਜੰਪ ਲਿਆ ਸੀ ਇਹਨੇ ਠੀਕ ਹੈ ਬਾਈ ਇੱਕ ਮਤਲਬ ਸੂਨ ਤੋਂ ਬਾਅਦ ਇਹ 3-4 ਮਹੀਨਿਆਂ ਤੋਂ ਸਿਲਾ ਛਡਾ ਕੇ 3-4 ਮਹੀਨਿਆਂ ਬਾਅਦ ਹੀਟ ਕੱਢਦੀ ਆ ਇੱਕ ਹੀ ਜੰਪ ਲਿਆ ਸੀ ਇਹਨੇ ਪਿਛਲੀ ਵਾਰੀ ਵੀ ਠੀਕ ਹੈ ਇਸ ਵਾਰੀ ਵੀ ਇੱਕ ਹੀ ਜੰਪ ਇਸ ਵਾਰੀ ਲਿਆ ਇੱਕ ਜੰਪ ਚ ਹੀ ਰਹਿ ਜਾਂਦਾ ਹਾਂ ਦਲਬਾਗ ਤੋਂ ਰਣੀਆਂ ਵਾਲੇ ਤੋਂ ਅਸੀਂ ਦੇਵਰਾਜ ਤੋਂ ਗੱਬਣ ਕਰਵਾਈ ਆ ਇੱਕ ਹੀ ਜੰਪ ਤੇ ਰਹੀ ਆ ਇੱਕ ਜੰਪ ਤੇ ਰਹਿ ਜਾਂਦੀ ਆ ਇਹ ਮਤਲਬ ਕਿਸੇ ਕਿਸੇ ਜਾਨਵਰ ਚ ਹੀ ਮਤਲਬ ਇਹਨੇ ਚੀਜ਼ਾਂ ਡਾਈਟ ਸਹੀ ਦਿੰਦੇ ਆ ਹੁੰਦੀਆਂ ਨੇ ਡਾਈਟ ਤੇ ਡਿਪੈਂਡ ਕਰਦਾ ਡਾਈਟ ਤੇ ਬਾਕੀ ਡਾਕਟਰ ਸਾਹਿਬ ਆਇਆ ਤੁਹਾਡਾ ਹੁਣ ਜਿਵੇਂ ਸਿਸਟਮ ਆ ਹਨਾ ਡਾਕਟਰੀ ਲਾਈਨ 'ਚ ਆ ਗਏ ਤੁਸੀਂ ਤੇ ਇਹ ਚੀਜ਼ ਬਹੁਤ ਵੱਡੀ ਹੁੰਦੀ ਆ ਵੀ ਨੌਲੇਜ ਲੈ ਆਉਣੀ ਬਹੁਤ ਵੱਡੀ ਹੈ ਚੀਜ਼ ਦੀ ਜਾਣਕਾਰੀ ਹੋਣੀ ਆ ਡਾਈਟ ਤੇ ਡਿਪੈਂਡ ਕਰਦਾ ਡਾਈਟ ਤੇ ਡਿਪੈਂਡ ਕਰਦਾ ਕਿਵੇਂ ਆ ਕਿਹੜੇ ਵੇਲੇ ਆਂਡਾ ਭੰਨੂਗੀ ਕਿਵੇਂ ਸੀ ਜੇ ਪ੍ਰੋਪਰ ਸਹੀ ਟਾਈਮ ਤੇ ਬਈ ਕੂੜਾ ਦਿੱਤਾ ਜਾਵੇ ਹਾਂਜੀ ਹਾਂ ਤਾਂ ਇੱਕੋ ਹੀ ਜੰਪ ਵਾਧੂ ਆ ਤੇ ਜੇ ਟਾਈਮ ਹੀ ਨਹੀਂ ਸਹੀ ਤਾਂ ਚਾਹੇ ਬਈ 20 ਦੇ ਦੇ ਭਾਵੇਂ 10 ਕੂੜੇ ਦੇ ਦੇ ਭਾਵੇਂ ਕਿੰਨੀ ਵੀ ਹਾਂ ਹਾਂ ਚਾਹੇ 10 ਦੇ 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 ਉਹਨੇ ਤਾਂ ਵੀ ਨਹੀਂ ਰਹਿਣਾ ਹਾਂਜੀ ਤੇ ਬਾਕੀ ਬਈ ਜੇ ਗੱਲ ਕਰਕੇ ਡਾਕਟਰ ਸਾਹਿਬ ਡਾਕਟਰੀ ਲੈਣ ਦੀ ਹਾਂਜੀ ਤਾਂ ਮਤਲਬ ਮੈਂ ਸਮ ਗਈਆਂ ਦੇ ਵੀ ਡਾਕਟਰੋਂ ਹਾਂਜੀ ਪਹਿਲਾਂ ਮੈਂ ਸ਼ੁਰੂ ਤੋਂ ਪਿੱਟ ਦਾ ਕਰਦਾ ਸੀਗਾ ਠੀਕ ਆ ਫਿਰ ਮੈਂ ਉਸ ਤੋਂ ਬਾਅਦ ਕੈਟਲ ਦਾ ਕਰਨ ਲੱਗ ਗਿਆ ਬਫਾਲੋ ਕਾਊ ਗੋਟ ਦਾ ਵੀ ਕਰਦਾ ਤੇ ਘੋੜਿਆਂ ਦਾ ਵੀ ਆਪਦੇ ਬੰਦਿਆਂ ਦੇ ਵੀ ਜਿਵੇਂ ਮਤਲਬ ਪਰਸਨਲ 5-10 ਘਰਾਂ ਦੇ ਵੈਸੇ ਫੀਲਡ 'ਚ ਨਹੀਂ ਮੈਂ ਕੰਮ ਕਰਦਾ ਠੀਕ ਆ ਬਾਈ ਹਾਂ ਘੋੜਿਆਂ ਅੱਛਾ ਫੀਲਡ 'ਚ ਨਹੀਂ ਹੈਗੇ ਘੋੜਿਆਂ ਦੇ ਡਾਕਟਰ ਵਾਲੀ 'ਚ ਤੇ ਉਹ ਜਿਹੜੇ ਕੋਈ ਆਪਣੇ 5-7 ਮਿੱਤਰ ਆ ਉਹਨਾਂ ਦੀ ਕੋਈ ਘੋੜੀ ਚੈੱਕ ਕਰਨੀ ਆ ਹਾਂ ਟ੍ਰੀਟਮੈਂਟ ਨੂੰ ਕੋਈ ਵੀ ਸੱਦ ਸਕਦਾ ਟ੍ਰੀਟਮੈਂਟ ਕਰ ਦੇ ਕੋਈ ਠੀਕ ਆ ਬਈ ਟ੍ਰੀਟਮੈਂਟ ਕਰ ਦਿੰਨੇ ਉਹ ਚੈੱਕ ਚੁੱਕ ਕਰਨੀ ਉਹ ਆਦੇ ਜਾਂ ਚੈੱਕ ਕਰਨੀ ਜਾਂ ਹੀਟ ਚੈੱਕ ਕਰਨੀ ਉਹ ਆਪਦੇ ਪਰਸਨਲੀ ਕਰਦੇ ਆ ਜ਼ਿਆਦਾ ਨਹੀਂ ਉਹਦੇ ਤੇ ਠੀਕ ਆ ਬਈ ਠੀਕ ਆ ਤੇ ਡਾਕਟਰ ਸਾਹਿਬ ਇਜਾਜ਼ਤ ਦਿਓ ਬਹੁਤ ਵਧੀਆ ਲੱਗਾ ਗੱਲਬਾਤ ਕਰਕੇ ਬਹੁਤ ਸੋਹਣੇ ਜਾਨਵਰ ਨੇ ਤੇ ਪਰਮਾਤਮਾ ਹੀ ਰੰਗ ਭਾਗ ਲਾਈ ਰੱਖੇ ਬਾਈ ਬਾਕੀ ਬੇਲੀਓ ਤੁਸੀਂ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸੋ ਕਿਵੇਂ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਗੇ ਜ਼ਰੂਰ ਸ਼ੇਅਰ ਕਰ ਦਿਓ